सजने पाए न बालम पाए न बालम 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 पाए न बालम का करूं सजने ਇੱਕ ਤੜਪ ਹੈ, ਇੱਕ ਤਰਲਾ ਹੈ, ਔਰ ਹਿਜਰ ਦਾ ਅਹਿਸਾਸ ਹੈ, ਔਰ ਫਿਰ ਬੇਬਸੀ ਹੈ, ਉਹ ਉਹਨੂੰ ਮੌਸੀਕੀ ਵਿੱਚ ਕਿਸ ਤਰ੍ਹਾਂ ਢਾਲਿਆ ਔਰ ਕਿਸ ਤਰ੍ਹਾਂ ਬਿਆਨ ਕੀਤਾ, ਕਮਾਲ ਹੈ। ਇਹ ਠੁਮਰੀ ਜਿਹੜੀ ਹੈ ਇਹ ਇਹਨਾਂ ਦੇ ਉਸਤਾਦ ਦੇ ਮੁਹਤਰਮ ਨੇ ਬਰੇ ਸਗੀਰ ਦੇ ਵਿੱਚ ਇੰਨੀ ਕੁ ਰਚਾਈ ਹੈ ਔਰ ਇੰਨਾ ਗਾਏ ਨੇ ਉਹ ਕਿ ਔਰ ਉਹਨਾਂ ਦੀ ਮੇਰਾ ਜਿਹੜੀਆਂ ਅੱਛੀਆਂ ਲਾਜਵਾਬ ਯਾਦ ਰਹਿ ਜਾਣਗੀਆਂ ਠੁਮਰੀਆਂ ਉਹਨਾਂ 'ਚ ਇੱਕ ਹੈ। ਅੱਛਾ, ਇਹਨਾਂ ਦਾ ਕਮਾਲ ਹੈ ਵੈ ਕਿ ਇੱਕ ਤਾਂ ਉਸ ਲੈਗਸੀ ਨੂੰ ਲੈ ਕੇ ਅੱਗੇ ਵੱਧ ਰਹੇ ਨੇ ਔਰ ਦੂਸਰੇ ਉਹਦੇ ਵਿੱਚ ਇਨੋਵੇਸ਼ਨ ਕਰ ਰਹੇ ਨੇ। ਹੁਣ ਇਹਨਾਂ ਨੇ ਜਿਹੜੇ ਦੂਸਰੇ ਸ਼ੇਰ ਬੋਲੇ ਨੇ ਇਹ ਉਸ ਠੁਮਰੀ 'ਚ ਹੈ ਨਹੀਂ, ਜਿਹੜੀ ਸਾਡੀ ਰਵਾਇਤੀ ਠੁਮਰੀ। ਇਹਨਾਂ ਨੇ ਆਪਣੇ ਕੋਲੋਂ ਉਹਨੂੰ ਮਹਿਸੂਸ ਕਰਕੇ ਅਤੇ ਖੁਦ ਕੁਛ ਸ਼ੇਰ ਲਿਖੇ ਨੇ ਜਿਹੜੇ ਅੰਤਰੇ ਦੀ ਸੂਰਤ ਦੇ ਵਿੱਚ ਇਹਨਾਂ ਨੇ ਉਹ 'ਚ ਸ਼ਾਮਿਲ ਕੀਤੇ ਨੇ ਔਰ ਇੰਨੇ ਸੋਹਣੇ ਲੱਗਦੇ ਪਏ ਨੇ ਕਿਉਂਕਿ ਉਸ ਲੈਗਸੀ ਨੂੰ ਅੱਗੇ ਵੀ ਲੈ ਕੇ ਜਾ ਰਹੇ ਨੇ ਔਰ ਉਹਦੇ ਵਿੱਚ ਕੁਛ ਨਾ ਕੁਛ ਇਨੋਵੇਸ਼ਨ ਵੀ ਕਰ ਰਹੇ ਨੇ। ਅਤੇ ਇਹ ਡਿਊਟੀ ਜਿਹੜੀ ਇਹਨਾਂ ਨੇ ਆਪਣੇ ਸੰਭਾਲੀ ਹੈ, ਇਹਦੇ ਵਾਸਤੇ ਹਬੀਬ ਸਾਹਿਬ ਪਾਕਿਸਤਾਨ ਬਰੇ ਸਗੀਰ 'ਚ ਜਿਹੜੇ ਚੰਦ ਠੁਮਰੀ ਗਾਉਣ ਵਾਲਿਆਂ 'ਚ ਉਹਨਾਂ 'ਚ ਸਾਰੇ ਫਰਿਸ ਨੇ ਹਬੀਬ। ਵਾਹ ਵਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਔਰ ਮੇਰੇ ਖਿਆਲ ਹੈ ਕਿ ਤੁਸੀਂ ਦੇਖੋ ਨਾ, ਕੁਦਰਤ ਹਰ ਬੰਦੇ ਕੋਲ ਖਾਸ ਕੰਮ ਲੈਂਦੀ ਹੈ। ਜਦੋਂ ਉਹਨਾਂ ਨੇ ਇੰਤਖਾਬ ਕੀਤਾ ਔਰ ਬਚਪਨ 'ਚ ਔਰ ਤੁਸੀਂ ਸੁਣੀ ਹੈ ਪਹਿਲੀ ਠੁਮਰੀ, ਉਹਦੇ ਵੀ ਚੰਦ ਅਸੀਂ ਇਹਨਾਂ ਕੋਲੋਂ ਜ਼ਰੂਰ ਅਸੀਂ ਕਹਾਂਗੇ ਕਿ ਉਹ ਵੀ ਸਾਨੂੰ ਸੁਣਾਉਣ। ਅਤੇ ਉਹ ਮੇਰੇ ਖਿਆਲ ਹੈ ਕਿ ਰੱਬ ਨੇ ਇੱਕ ਸਾਨੂੰ ਬੜਾ ਅੱਛਾ ਠੁਮਰੀ ਗਾਇਕ ਦੇਣਾ ਸੀ ਔਰ ਉਹ ਇਨੋਵੇਸ਼ਨ ਵੀ ਹੋਣੀਆਂ ਸਨ, ਇਸ ਲਈ ਇਹ ਇਸ ਪਾਸੇ ਆਏ। ਅਤੇ ਅਬੀਬਲੀ ਸਾਹਿਬ ਤੁਸੀਂ ਸਾਨੂੰ ਉਨ ਕੀ ਸੁਣਾ ਰਹੇ ਹੋ? ਮੈਂ ਜਿਸ ਤਰ੍ਹਾਂ ਤੁਸੀਂ ਫਰਮਾਇਆ
کہ استاد جی دا باغوں میں پڑے چولے میں انہاں دی ستائی سناواں ضرور ضرور پہاڑاں وال تے وادیاں وال تے کتے کتے لے جاندے نے ਤੇ ਮੁਜਾਹਿਦ ਸਾਹਿਬ ਮੈਂ ਇਹ ਸਮਝਦੀ ਹਾਂ ਕਿ ਇਹੋ ਜਿਹਾ ਮਿਊਜ਼ਿਕ ਤੇ ਇੱਕ ਇਲਾਜ ਨਹੀਂ ਹੈ ਕਿ ਤੁਸੀਂ ਜਿਹੜਾ ਅੱਜ ਦੀ ਦੁਨੀਆ 'ਚ ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਪਰੇਸ਼ਾਨੀਆਂ ਬਿਲਕੁਲ ਇਲਾਜ ਹੈ ਲੋਕਾਂ ਦੇ ਬਰਦਾਸ਼ਤ ਘੱਟ ਗਈ ਹੈ ਅਤੇ ਉਹਦੀ ਵਜ੍ਹਾ ਤਾਂ ਨਹੀਂ ਕਿ ਅਸੀਂ ਜਿਹੜੇ ਸਾਡੇ ਫਨੂਨ ਨੇ ਅਸਲੀ ਫਨੂਨ ਉਹਨਾਂ ਤੋਂ ਜ਼ਰਾ ਪਿਛਾਂਟ ਗਏ ਹਾਂ ਜੀ ਬਿਲਕੁਲ ਮੈਂ ਇਸ ਗੱਲ ਤੁਹਾਡੀ ਇਸ ਗੱਲ ਦੇ ਕਿਉਂ ਨਾਲ ਮੈਂ ਇੱਕ ਗੱਲ ਨਜ਼ਰ ਕਰਾਂਗਾ ਸਾਰੇ ਹਬੀਬ ਸਾਹਿਬ ਵੀ ਸਾਰੇ ਸੁਣਨਗੇ ਕਿ ਇੱਕ ਸ਼ਾਇਰ ਸਨ ਹਬੀਬ ਜਾਲਬ ਸਾਹਿਬ ਬੜੇ ਨਾਮਵਰ ਲੋਕ ਹੋਏ ਨੇ ਉਹਨਾਂ ਦੇ ਭਾਈ ਸਨ ਮੁਸ਼ਤਾਕ ਮੁਬਾਰਕ ਸਾਹਿਬ ਅਤੇ ਮੈਂ ਮਤਲਬ ਮੇਰਾ ਯੰਗ ਹੀ ਮੈਂ ਸਾਂ ਛੋਟਾ ਹੀ ਸਾਂ ਅਤੇ ਵਾਲਦ ਸਾਹਿਬ ਕੋਲ ਆਉਂਦੇ ਸਨ ਉਹਨਾਂ ਨੂੰ ਪ੍ਰੋਬਲਮ ਸੀ ਕਿ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਇੱਕ ਇੱਕ ਹਫ਼ਤਾ ਤੱਕ ਉਹ ਸੌਂਦੇ ਨਹੀਂ ਸਨ ਅਤੇ ਉਹ ਕਰਾਚੀ ਸਾਡਾ ਸਦਰ ਦੇ ਵਿੱਚ ਰਤਨ ਤਲਾਬ ਦੇ ਵਿੱਚ ਇੱਕ ਉਹਨਾਂ ਦੇ ਸਕੂਲ ਮਿਊਜ਼ਿਕ ਬਣਾਇਆ ਸੀ ਕੈਪੀਟਲ ਮਿਊਜ਼ਿਕ ਸਕੂਲ ਅਤੇ ਅੱਬਾ ਜੀ ਰੇਡੀਓ ਪਾਕਿਸਤਾਨ ਤੋਂ ਬਾਅਦ ਉੱਥੇ ਆ ਕੇ ਪ੍ਰੈਕਟਿਸ ਕਰਦੇ ਸਨ ਅਤੇ ਉਹ ਮੁਸ਼ਤਾਕ ਮੁਬਾਰਕ ਸਾਹਿਬ ਆ ਗਏ ਕਹਿੰਦੇ ਲੱਥੋ ਹਾਂ ਮੈਂ ਇੱਕ ਹਫ਼ਤੇ ਤੋਂ ਸੁੱਤਾ ਨਹੀਂ ਮੈਨੂੰ ਯਾਰ ਸੁਆ ਦੇ ਖੁਦਾ ਗਵਾਹ ਮੈਂ ਹਾਈਬਿਟਲ ਤਾਂ ਉਹਨਾਂ ਨੇ ਮੁਲਤਾਨੀ ਸੁਣਾਈ ਉਹਨਾਂ ਨੂੰ ਅਤੇ ਉਹ ਸੌਂ ਗਏ ਅਤੇ ਫਿਰ ਉਹ ਜਦੋਂ ਸੌਂ ਗਏ ਅਤੇ ਮੇਰੇ ਅੱਬਾ ਜੀ ਨੇ ਸਾਰਿਆਂ ਨੂੰ ਕਿਹਾ ਯਾਰ ਇਹਨੂੰ ਨਾ ਡਿਸਟਰਬ ਕਰਦਾ ਇਹ ਕਿੰਨੇ ਦਿਨਾਂ ਦੇ ਸੁੱਤੇ ਨਹੀਂ ਆਓ ਅਸੀਂ ਸਭ ਚੱਲਦੇ ਅਸੀਂ ਉੱਥੋਂ ਨਿਕਲ ਗਏ ਉਹ ਸੌਂਦੇ ਰਹੇ ਅਤੇ ਮੌਸੀਕੀ ਜਿਹੜੀ ਉਹ ਅਸਾਬ ਅਤੇ ਇਨਸਾਨ ਦੇ ਜੋ ਅਸਰਾਤ ਰੱਖਦੀ ਹੈ ਅਗਰ ਉਹਨੂੰ ਕੋਈ ਇਸ ਤਰ੍ਹਾਂ ਕਰਨ ਵਾਲਾ ਹੋਵੇ ਸਰ ਮੈਂ ਇਸ ਜ਼ਿਮਨ 'ਚ ਗੱਲ ਕਰਾਂਗਾ ਜੀ ਕਿ ਬਖਸ਼ ਵਜ਼ੀਰ ਸਾਡੇ ਮੌਸੀਕਾਰ ਖਾਸ ਤੌਰ 'ਤੇ ਵਜ਼ੀਰ ਸਾਹਿਬ ਉਹ ਮੇਰੀ ਸੈਂਟਰ ਪ੍ਰੋਡਕਸ਼ਨ ਰਿਕਾਰਡਿੰਗ ਸੀ ਤਾਂ ਮੈਨੂੰ ਕਹਿਣ ਲੱਗੇ ਯਾਰ ਅੱਜ ਤੈਨੂੰ ਉਸਤਾਦ ਦੀ ਗੱਲ ਸੁਣਾਵਾਂ ਤੇਰੇ ਬਰਕਤ ਅਲੀ ਖਾਨ ਸਾਹਿਬ ਦੀ ਤੇਰੇ ਉਸਤਾਦ ਦੀ ਮੈਂ ਕਿਹਾ ਜੀ ਕਹਿਣ ਲੱਗੇ ਮੇਰੇ ਵਾਲਦ ਬਿਮਾਰ ਸਨ ਅਤੇ ਉਹਨੇ ਖਾਹ ਇਸ਼ਾਰ ਕੀਤੀ ਕਹਿਣ ਲੱਗਾ ਵਜ਼ੀਰ ਤੂੰ ਕਦੀ ਮੈਨੂੰ ਬੱਕੂ ਖਾਹ ਦਾ ਗਾਣਾ ਸੁਣਾ ਦੇ ਮੈਨੂੰ ਅਤੇ ਮੇਰੀ ਖਾਹਿਸ਼ ਕਹਿੰਦਾ ਮੈਂ ਆਇਆ ਬੈਠਕ 'ਤੇ ਮੈਂ ਕਿਹਾ ਖਾਨ ਸਾਹਿਬ ਮੇਰੇ ਅੱਬਾ ਜੀ ਕਹਿੰਦੇ ਨੇ ਕਿ ਮੈਂ ਬਿਮਾਰ ਹਾਂ ਅਤੇ ਮੈਨੂੰ ਬੱਕੂ ਖਾਂ ਤੁਸੀਂ ਗਾਣਾ ਸੁਣ ਉਹਨੇ ਕਿਹਾ ਚਲੋ ਬੇਟਾ ਚਲੋ ਕਹਿੰਦੇ ਸੀ ਟਾਂਗੇ 'ਤੇ ਬਹਿ ਕੇ ਉੱਥੇ ਚਲੇ ਗਏ ਮੇਰੇ ਵਾਲਦ ਸਾਹਿਬ ਲੇਟੇ ਸਨ ਬਿਮਾਰ ਸਨ ਅਤੇ ਖਾਨ ਸਾਹਿਬ ਨੇ ਪਹਾੜੀ ਸ਼ੁਰੂ ਕੀਤੀ ਹੋਈ ਕਹਿੰਦੇ ਜੋ ਜੋ ਉਹ ਗਾਉਂਦੇ ਗਏ ਤਾਂ ਉਹ ਕਹਿੰਦੇ ਮੇਰੇ ਇੱਥੇ ਸਰਾਣੇ ਰੱਖੋ ਕਹਿੰਦੇ ਨੇ ਘੰਟਾ ਕੋ ਗਾਏ ਨਹੀਂ ਤੋ ਬਿਲਕੁਲ ਉੱਠ ਕੇ ਬੈਠ ਗਏ ਅਤੇ ਕੋਈ 7-8 ਸਾਲ ਬਾਅਦ 'ਚ ਜ਼ਿੰਦਾ ਰਹੇ ਮਾਸ਼ਾਅੱਲਾ ਅਸਲ ਗੱਲ ਹੈਗੀ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਫਰਮਾ ਰਹੇ ਸੋ ਨਾ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਕਿ ਅਸੀਂ ਹੱਥ 'ਚ
ਸਾਡੇ ਬੱਚੇ ਕਲਾਸ਼ਨਕੋਫਾਂ ਅਤੇ ਬੰਦੂਕਾਂ ਅਤੇ ਰਿਵਾਲਵਰ ਲੈ ਫਿਰਦੇ ਨੇ। ਅਗਰ ਅਸੀਂ ਮਿਊਜ਼ਿਕ ਦਾ ਤੜਕਾ ਦੇ ਦਈਏ ਨਾ ਤਾਂ ਬਾ ਖੁਦਾ ਮੈਂ ਕਹਿੰਦਾ ਕਿ ਇਤਨਾ ਸੌਫਟ ਲੋਕ ਹੋ ਜਾਣਗੇ ਕਿ ਕੋਈ ਕਿਸੇ ਨੂੰ ਕਤਲ ਨਹੀਂ ਕਰੇਗਾ, ਕੋਈ ਕੁਛ ਨਹੀਂ। ਸੁਭਾਨ ਅੱਲਾਹ। ਹੁਣ ਤੁਸੀਂ ਸਾਨੂੰ ਕੀ ਸੁਣਾ ਰਹੇ ਹੋ? ਮੈਂ ਆਖਰੀ ਤੁਹਾਨੂੰ ਇੱਕ ਪੈਰਵੀਂ ਦੀ ਠੁਮਰੀ ਸੁਣਾਵਾਂਗਾ। ਭੂਲ ਆਈ ਕੰਗਨਾ ਪੀਆ ਤੋਰੇ ਅੰਗਨਾ। ਵਾਹ ਵਾਹ, ਕਿਆ ਬਾਤ, ਸਦਾ ਸੁਹਾਗਣ ਰਹੇ ਆਪਣੀ ਪਿਆਰ। ਸੁਭਾਨ ਅੱਲਾਹ, ਸੁਭਾਨ ਅੱਲਾਹ। ਮੁਜਾ
ਮੌਲਾ ਸਾਹਿਬ ਤੁਸੀਂ ਇਸ ਖੂਬਸੂਰਤ ਕਲਾਮ ਕਿਉਂਕਿ ਮੈਨੂੰ ਤੇ ਮੇਰੀ ਤੇ ਰੂਹ ਤੇ ਦਿਲ ਚ ਘੁੰਮ ਗਿਆ। ਵਾਹ ਵਾਹ ਦੱਸੋ। ਵਾਹ ਵਾਹ ਵਾਹ। ਦੇਖੋ ਜੀ ਮੈਂ ਪੈਰਵੀ ਇਹਨੂੰ ਸਦਾ ਸੁਹਾਗਣ ਵੀ ਕਿਹਾ ਜਾਂਦਾ ਹੈ ਔਰ ਸਦਾ ਬਹਾਰ ਵੀ ਕਿਹਾ ਜਾਂਦਾ ਹੈ ਔਰ ਬੈਰਵੀ ਦੇ ਵਿੱਚ ਇੰਨੇ ਲੋਕ ਕਹਿੰਦੇ ਨੇ ਕਿ ਇਹਦੇ ਕੋ ਖਿਆਲ ਸੁਣਾਓ ਕਿਉਂਕਿ ਠੁਮਰੀਆਂ ਦੀ ਇੰਨੀ ਭਰਮਾਰ ਹੈ ਰਾਗ ਬੈਰਵੀ ਦੇ ਵਿੱਚ ਕਿ ਮੋਸਟਲੀ ਇਹਦੇ ਵਿੱਚ ਠੁਮਰੀਆਂ ਹੀ ਕੰਪੋਜ਼ ਹੋਈਆਂ ਹੋਈਆਂ ਜਿਹਨਾਂ ਵਿੱਚੋਂ ਇਹ ਜਿਹੜੀ ਠੁਮਰੀਆਂ ਇਹਨਾਂ ਨੇ ਗਾਈ ਹੈ ਇਹ ਖੂਬਸੂਰਤ ਤਰੀਨ ਠੁਮਰੀ ਹੈ ਔਰ ਇਹਦੇ ਵਿੱਚ 12 ਦੇ 12 ਸੁਰ ਤੀਵਰ ਕੋਮਲ ਸਾਰੇ ਇਹਨਾਂ ਨੇ ਬੜੇ ਖੁਸ਼ ਸਲੂਬੀ ਨਾਲ ਲਗਾਏ ਨੇ ਔਰ ਇਹ ਵਾਕਈ ਉਸਤਾਦੀ ਵਾਲਾ ਕੰਮ ਹੈ। ਹਰ ਬੰਦਾ ਇੰਨੇ ਸੁਰ ਉਸੇ ਉਹਦੇ ਰੂਟ ਨੂੰ ਦੇਖਣਾ ਤੀਵਰ ਮੱਧਮ ਦੇ ਰੂਟ ਨੂੰ ਕੋਮਲ ਮੱਧਮ ਦੇ ਰੂਟ ਨੂੰ ਤੀਵਰ ਰਿਖਬ ਕੋਮਲ ਰਿਖਬ ਸਾਰੇ ਤੀਵਰ ਕੋਮਲ 12 ਦੇ 12 ਸੁਰ ਲਗਾ ਰਹੇ ਨੇ ਔਰ ਉਹਦੇ ਰੂਟ ਦੇ ਵਿੱਚੋਂ ਲੰਘ ਰਹੇ ਨੇ ਕੋਈ ਡੀ ਰੂਟ ਨਹੀਂ ਕੀਤਾ। ਇਹਨਾਂ ਦੀ ਮੈਂ ਕਹਿੰਦਾ ਬੜੀ ਵੱਡੀ ਕੁਆਲਿਟੀ ਹੈ ਔਰ ਇੱਕ ਤਾਸਰ ਵੀ ਐਸਾ ਭਰਪੂਰ ਦਿੱਤਾ ਜਿਹੜਾ ਜਵਾਬ ਹੀ। ਮੈਂ ਸਾਡੇ ਨਾਲ ਨੇ ਨੂਰੁਲ ਐਨ ਸਾਦੀਆ ਸਾਡੀ ਬੜੀ ਸੋਹਣੀ ਸ਼ਾਇਰਾ ਦੋਸਤ ਨੇ ਔਰ ਬੜੀ ਐਕਟਿਵਿਸਟ ਨੇ ਪੰਜਾਬੀ ਦੇ ਹਵਾਲੇ ਨਾਲ ਤੇ ਤੁਹਾਨੂੰ ਕਿਹਸਾ ਲੱਗਿਆ ਅੱਜ ਦੀ ਇਸ ਮਹਿਫਲ ਸ਼ਿਰਕਤ ਕਰਕੇ? ਕਈ ਸਾਲਾਂ ਤੋਂ ਲਾਹੌਰ ਦੇ ਵਿੱਚ ਇਸੇ ਤਰ੍ਹਾਂ ਮਿਊਜ਼ਿਕ ਦਾ ਕੋਈ ਪ੍ਰੋਗਰਾਮ ਨਹੀਂ ਛੱਡਦੀ ਲੇਕਿਨ ਠੁਮਰੀ ਜਿਵੇਂ ਮੁਜਾਹਿਦ ਸਾਹਿਬ ਨੇ ਕਿਹਾ ਕਿ ਇਹ ਇੱਕ ਹਿਜਰ ਦਾ ਰਾਗ ਹੈ ਲੇਕਿਨ ਮੈਨੂੰ ਇਵੇਂ ਲੱਗਿਆ ਹੈ ਕਿ ਜਿਵੇਂ ਇੰਤਜ਼ਾਰ ਦੇ ਨਾਲ ਨਾ ਉਮੀਦੀ ਨਹੀਂ ਗਈ ਇਹਦੇ ਵਿੱਚ ਔਰ ਹਿਜਰ ਤੇ ਹੈ ਲੇਕਿਨ ਹਿਜਰ ਦੇ ਵਿੱਚ ਉਹ ਮਿਲਣ ਦਾ ਜਿਹੜਾ ਇੱਕ ਉਹ ਹੁੱਬ ਹੈ ਕਿ ਮਿਲਣ ਦਾ ਜਿਹੜਾ ਉਹਨੂੰ ਹੈ ਕਿ ਮੈਂ ਮਿਲਣਾ ਜ਼ਰੂਰ ਹੈ ਉਹਨੂੰ ਬਿਲਕੁਲ ਨਾ ਉਮੀਦੀ ਨਹੀਂ ਹੈ ਕਿ ਮੈਂ ਨਹੀਂ ਮਿਲਣਾ। ਦੂਸਰਾ ਮੈਂ ਇਹ ਸਮਝਦੀ ਹਾਂ ਕਿ ਇਹਨੇ ਵਾਕਈ ਜਿੰਨੀ ਤੁਸੀਂ ਗੱਲਬਾਤ ਕੀਤੀ ਬਹੁਤ ਹੀ ਖੂਬਸੂਰਤ ਸੀ ਸੁਣਨ ਜੋ ਸਵਾਦ ਆਇਆ ਮੈਂ ਐਡੇ ਐਡੇ ਵੱਡੇ ਮਿਊਜ਼ਿਕ ਪ੍ਰੋਗਰਾਮ ਸੁਣੇ ਨੇ ਮੈਡਮ ਗਜ਼ਾਲਾ ਯਾਦ ਦੇ ਪ੍ਰੋਗਰਾਮ ਜਿਹੜੇ ਹਰ ਸਾਲ ਹੁੰਦੇ ਨੇ 10-10 ਦਿਨ ਹੁੰਦੇ ਨੇ ਕਮਾਲ ਹੋ ਜਾਂਦਾ ਅਸੀਂ ਉੱਥੇ ਨੱਚ ਨੱਚ ਕੇ ਪਾਗਲ ਹੋ ਜਾਂਦੇ ਹਾਂ ਲੇਕਿਨ ਅੱਜ ਤਾਂ ਲੱਗਦਾ ਪਿਆ ਸੀ ਕਿ ਦਿਲ ਦੇ ਨਾਲ ਰੂਹ ਵੀ ਜਿਹੜੀ ਹੈ ਨਾ ਉਹ ਵੀ ਸਰਸ਼ਾਰ ਹੋ ਗਈ ਹੈ ਔਰ ਮੈਂ ਸਮਝਦੀ ਹਾਂ ਕਿ ਇਸ ਵੇਲੇ ਸਾਡੇ ਨੌਜਵਾਨਾਂ ਨੂੰ ਬਹੁਤ ਸ਼ਦੀਦ ਜ਼ਰੂਰਤ ਹੈ ਕਿ ਉਹ ਠੁਮਰੀ ਜ਼ਰੂਰ ਗਾਉਣ। ਵਾਹ! ਉਹ ਠੁਮਰੀ ਇਸ ਲਈ ਗਾਉਣ ਕਿ ਸਾਨੂੰ ਅੱਜ ਤੱਕ ਅਸੀਂ ਸਰਚ ਵੀ ਕੀਤੀ ਹੈ ਪੜ੍ਹਦੇ ਵੀ ਹਾਂ ਲਿਖਦੇ ਵੀ ਹਾਂ ਸੁਣਦੇ ਵੀ ਹਾਂ ਸਾਨੂੰ ਰਾਗਾਂ ਦੇ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਲੇਕਿਨ ਠੁਮਰੀ ਜੋ ਕਮਾਲ ਮੇਰੇ ਨਾਲ ਕੀਤਾ ਹੈ ਜਾਂ ਤੁਹਾਡੇ ਨਾਲ ਕੀਤਾ ਹੈ ਉਹ ਮੈਂ ਸਮਝਦੀ ਹਾਂ ਕਿ ਪੂਰੀ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ ਖਾਸ ਤੌਰ 'ਤੇ ਪਾਕਿਸਤਾਨ ਦੀ ਇਸ ਵੇਲੇ ਬੜੇ ਅੱਛੇ ਤਰੀਕੇ ਨਾਲ ਮਿਕਸ ਕਰਕੇ ਵੀ ਗਾ ਰਹੇ ਨੇ ਅਗਰ ਉਹ ਠੁਮਰੀ ਨੂੰ ਸਾਹਮਣੇ ਰੱਖ ਕੇ ਕੁਝ ਗਾਣਾ ਸ਼ੁਰੂ ਕਰਨ ਤੇ ਮੈਂ ਕਹਿੰਦੀ ਹਾਂ ਕਮਾਲ ਹੋ ਜਾਏਗਾ ਪਾਕਿਸਤਾਨ ਦਾ ਨਾਂ ਜਿਹੜਾ ਹੈ ਬਹੁਤ ਉੱਚਾ ਹੋਏਗਾ ਔਰ ਉਹਦੇ ਵਿੱਚ ਹਬੀਬੁੱਲਾ ਸਾਹਿਬ ਦਾ ਬਹੁਤ ਵੱਡਾ ਹਬੀਬ ਅਲੀ ਸਾਹਿਬ ਬਹੁਤ ਅੱਛੀ ਗੱਲ ਕੀਤੀ ਸਾਦੀਆ ਬਹੁਤ ਹੀ ਖੂਬਸੂਰਤ ਖਾਕਾਨ ਹੈ ਦਰਗਾਜ਼ੀ ਸਾਹਿਬ ਨੂੰ ਵੀ ਅਸੀਂ ਬੁਲਾਵਾਂਗੇ ਅਤੇ ਮੈਂ ਸਭ ਦਾ ਬੜਾ ਸ਼ੁਕਰੀਆ ਅਦਾ ਕਰਨੀ ਹਾਂ ਸ਼ਹਿਰਾਜ਼ ਅਕਮਲ ਸਾਹਿਬ ਨਜ਼ਮ ਅਲੀ ਨਜ਼ਮ ਚੌਧਰੀ ਆਕਮ ਖਾਨ ਨੇ ਤਬਲਾ ਨਵਾਜ਼ ਨੂੰ ਬੜੀ ਸ਼ਾਬਾਸ਼ ਦਿੱਤੀ ਔਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਹਬੀਬ ਅਲੀ ਸਾਹਿਬ ਦੇ ਨਾਲ ਨਾਲ ਜਿਹੜੇ ਮਿਊਜ਼ੀਸ਼ੀਅਨ ਔਰ ਅਸ਼ਰਫ ਅਸਮੀ ਔਰ ਸੰਧੂ ਸਾਹਿਬ ਤੇ ਮੁਸਲਸਲ ਸਨ ਸੁਣ ਰਹੇ ਸਨ ਅਤੇ ਸਾਦੀਆ ਤੁਹਾਡੀ ਥਾਂ ਮੈਂ ਅਸੀਂ ਹੁਣ ਖਾਕਾਨ ਸਾਹਿਬ ਨੂੰ ਬੁਲਾਵਾਂਗੇ ਅਤੇ ਉਹ ਬਹੁਤ ਸੋਹਣੇ ਸ਼ਾਇਰ ਨੇ ਔਰ ਲਿਖਾਰੀ ਨੇ ਅਤੇ ਖਾਕਾਨ ਸਾਹਿਬ ਕੋਲੋਂ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਖਾਕਾਨ ਸਾਹਿਬ ਇਹ ਜਿਹੜੀ ਜਿਤਨੀਆਂ ਵੀ ਠੁਮਰੀਆਂ ਹਬੀਬ ਅਲੀ ਸਾਹਿਬ ਨੇ ਸਾਡੇ ਸਾਹਮਣੇ ਅੱਜ ਇਨਾਇਤ ਕੀਤੀਆਂ ਨੇ ਸਾਨੂੰ ਅਤੇ ਬੋਲ ਆਈ ਕੰਗਣਾ ਸਈਆਂ ਤੋਰੇ ਅੰਗਣਾ ਇੱਕ ਲਾਈਨ ਹੀ ਕਮਾਲ ਕਰ ਦਿੰਦੀ ਹੈ ਅਤੇ ਇਹ ਕਿੱਡੇ ਵੱਡੇ ਦਿਮਾਗ ਸੀ ਕਿ ਜਿਨ੍ਹਾਂ ਨੇ ਉਹ ਇੱਕ ਮਿਸਰੇ 'ਚ ਦੋ ਲਾਈਨਾਂ ਵਿੱਚ ਇੱਕ ਪੂਰੀ ਕਹਾਣੀ ਬੁਣੀ ਔਰ ਫਿਰ ਬੰਦੇ ਦਾ ਤਖੀਅਲ ਨੂੰ ਲੈ ਕੇ ਦੌੜਾਇਆ ਉੱਥੇ ਤਾਂ ਪੂਰਾ ਇੱਕ ਡਰਾਮਾ ਕਹਾਣੀ ਇੱਕ ਸਫ਼ਰ ਅਤੇ ਤੁਸੀਂ ਬਤੌਰ ਸ਼ਾਇਰ ਠੁਮਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਇਹਦੀ ਜਿਹੜੀ ਗਾਇਕੀ ਹੈ ਔਰ ਇਹਦੀ ਜਿਹੜੇ ਥੋੜ੍ਹੇ ਜਿਹੇ ਲਫ਼ਜ਼ ਲੇਕਿਨ ਬਹੁਤ ਸਾਰਾ ਸੁਨੇਹਾ ਇਹ ਕਲਾਸਿਕ ਤੋਂ ਥੋੜ੍ਹੀ ਜਿਹੀ ਇੱਕ ਐਡਵਾਂਸ ਸ਼ਕਲ ਹੈ ਔਰ ਜਿਸ ਜਦੋਂ ਅਸੀਂ ਕਲਾਸਿਕ ਨੂੰ ਸਮਝ ਨਹੀਂ ਪਾ ਰਹੇ ਹੁੰਦੇ ਜਾਂ ਬਹੁਤ ਲੋਕ ਜਿਹੜੇ ਨੇ ਉਹ ਕਲਾਸਿਕ ਨਾਲ ਤਮਸੁਕ ਨਹੀਂ ਰੱਖਦੇ ਅਤੇ ਫਿਰ ਉਹ ਠੁਮਰੀ ਇੱਕ ਐਸੀ ਸਿੰਫ ਹੈ ਜਿਹਦੇ 'ਚ ਕੁਛ ਬੋਲ ਆ ਜਾਂਦੇ ਨੇ ਜਿਹੜੇ ਸਾਨੂੰ ਉਸ ਰਾਗ ਦੀ ਜਿਹੜੀ ਇਹ ਫੀਲ ਹੈ ਉਹਦੇ ਤੱਕ ਲੈ ਜਾਂਦੇ ਨੇ ਉਹਦਾ ਹਿਜਰ ਹੈ ਜਾਂ ਉਹਦਾ ਵਸਾਲ ਹੈ ਜਾਂ ਉਹਦੇ 'ਚ ਜਿਹੜੀ ਵੀ ਫਰਾਗ ਦੀ ਕੈਫੀਅਤ ਹੈ ਅਸੀਂ ਉਸ ਕੈਫੀਅਤ ਨੂੰ ਇੰਜੋਏ ਕਰ ਸਕਦੇ ਹਾਂ ਅਤੇ ਇਹ ਇੱਕ ਤਰ੍ਹਾਂ ਦਾ ਮਾਡਰਨ ਔਰ ਕਲਾਸਿਕ ਦੇ ਦਰਮਿਆਨ ਫਿਊਜ਼ਨ ਬਣ ਜਾਂਦਾ ਹੈ ਔਰ ਜਿਹੜੀ ਠੁਮਰੀ ਹੈ ਸੋ ਇਸ ਲਈ ਸਾਨੂੰ ਠੁਮਰੀ ਅੱਛੀ ਲੱਗਦੀ। ਅੱਜ ਤੁਸੀਂ ਹਬੀਬ ਅਲੀ ਸਾਹਿਬ ਦੀ ਠੁਮਰੀ ਸੁਣੀ ਕਿਹਸਾ ਮਹਿਸੂਸ ਕੀਤਾ? ਹਬੀਬ ਅਲੀ ਸਾਹਿਬ ਜੀ ਵਾਹਦ ਇਸ ਵੇਲੇ ਬੰਦੇ ਨੇ ਜਿਹੜੇ ਠੁਮਰੀ ਗਾ ਰਹੇ ਨੇ ਔਰ ਅਗਰ ਕੋਈ ਹੋਰ ਗਾ ਰਿਹਾ ਤਾਂ ਯਕੀਨਨ ਅੱਛੀ ਗਾ ਰਿਹਾ ਹੋਏਗਾ ਲੇਕਿਨ ਅਸੀਂ ਜਿਹੜਾ ਸਿਰ ਕਢਵਾਉਣਾ
ਉਸਤਾਦ ਬਰਕਤ ਅਲੀ ਖਾਨ ਦੇ ਬਾਅਦ ਜਿਹੜਾ ਸੁਣਿਆ ਹਬੀਬ ਸਾਹਿਬ, ਉਹ ਹਬੀਬ ਸਾਹਿਬ ਉਹਨਾਂ ਦੇ ਸ਼ਾਗਿਰਦ ਉਸ ਰੀਤ ਨੂੰ ਲੈ ਕੇ ਚੱਲ ਰਹੇ ਨੇ ਔਰ ਬਹੁਤ ਹੀ ਅੱਛਾ ਇਹਨਾਂ ਨੇ ਉਸ ਰੀਤ ਨੂੰ ਨਿਭਾਇਆ ਹੈ ਔਰ ਨਿਭਾ ਰਹੇ ਨੇ ਔਰ ਇਹ ਠੁਮਰੀ ਦੇ ਵੱਡੇ ਸਿੰਗਰਾਂ 'ਚੋਂ ਇਹਨਾਂ ਦਾ ਨਾਂ ਹੈ ਔਰ ਵੱਡੇ ਅਸਾਤਜ਼ਾ ਦੇ ਨਾਲ ਜੁੜੇ ਹੋਏ ਨੇ। ਵਾਹ ਸੁਭਾਨ ਅੱਲਾਹ, ਬਹੁਤ ਸ਼ੁਕਰੀਆ। ਔਰ ਹਬੀਬ ਅਲੀ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹੈ ਕਿ ਉਹ ਅੱਜ ਵੇਲਾ ਕੱਢ ਕੇ ਸਾਡੀ ਦਰਖਾਸਤ 'ਤੇ ਅੱਜ ਦੀ ਸ਼ਾਮ ਉਹਨਾਂ ਨੇ ਨਾ ਸਿਰਫ ਪਿਲਾਕ ਲੋਕ ਸਟੂਡੀਓ ਨੂੰ ਇੱਜ਼ਤ ਦਿੱਤੀ ਬਲਕਿ ਦੁਨੀਆ ਭਰ ਵਿੱਚ ਜਿਹੜੇ ਮਿਊਜ਼ਿਕ ਨਾਲ ਮੁਹੱਬਤ ਰੱਖਣ ਵਾਲੇ ਔਰ ਖੁਸੂਸਨ ਠੁਮਰੀ ਸੁਣਨ ਵਾਲੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਇੱਕ ਮੇਰੇ ਖਿਆਲ ਕਿ ਯਾਦਗਾਰ ਸ਼ਾਮ ਹੋ ਗਈ। ਅਤੇ ਮੈਂ ਸਮਝਦੀ ਹਾਂ ਕਿ ਜਿਹੜਾ ਅਸੀਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿ ਮੌਸੀਕੀ ਸਾਡੀ ਰੂਹ ਦੀ ਗਜ਼ਾ ਹੈ ਔਰ ਅਸੀਂ ਸਾਰੇ ਤਾਂ ਹੀ ਆਪਣੇ ਆਪ ਤੋਂ ਵੀ ਵਿਛੜੇ ਹੋਏ ਲੋਕ ਹਾਂ, ਪਛੜੇ ਹੋਏ ਲੋਕ ਹਾਂ। ਔਰ ਉਹ ਕਹਿੰਦੇ ਨੇ ਕਿ ਪੈਰ ਕਿੱਥੇ ਰੱਖਦੇ ਹੋ, ਧਿਆਨ ਕਿੱਥੇ ਹੁੰਦਾ, ਕਿਉਂਕਿ ਤਵਾਜ਼ਨ ਨਹੀਂ ਸਾਡੀ ਸ਼ਖਸੀਅਤ 'ਚ, ਸਾਡੀ ਰੂਹ ਅਤੇ ਸਾਡੇ ਵਜੂਦ 'ਚ ਤਵਾਜ਼ਨ ਨਹੀਂ। ਔਰ ਉਹ ਤਵਾਜ਼ਨ ਕਾਇਮ ਕਰਦੀ ਹੈ ਮੌਸੀਕੀ, ਜਿਹੜੀ ਕਿ ਕੰਸਨਟ੍ਰੇਟ ਕਰਦੀ ਹੈ ਤੁਹਾਨੂੰ ਇੱਕ ਨੁਕਤੇ 'ਤੇ, ਇੱਕ ਮਰਕਜ਼ 'ਤੇ। ਔਰ ਸਾਡੇ ਸੂਫੀਆਂ ਨੇ, ਵਲੀਆਂ ਨੇ ਇਹ ਮੌਸੀਕੀ ਨੂੰ ਰਿਵਾਜ ਦਿੱਤਾ। ਮਹਿਫਲ ਮੌਸੀਕੀ ਤੁਸੀਂ ਦੇਖੋ ਹੁਣ ਵੀ ਬੜੇ ਸੂਫੀਆਂ ਦੇ ਦਰਬਾਰ 'ਤੇ ਹੁੰਦੀ ਹੈ, ਅਤੇ ਕਵਾਲੀ ਤੁਸੀਂ ਦੇਖੋ, ਠੁਮਰੀ ਦੇਖੋ, ਜਾਂ ਬਾਕੀ ਕੋਈ ਵੀ ਸਿਨਫ ਤੁਸੀਂ ਲੈ ਲਓ ਮੌਸੀਕੀ ਦੀ, ਤੁਹਾਨੂੰ ਉਹ ਕਿਸੇ ਹੋਰ ਦੁਨੀਆ 'ਚ ਲੈ ਜਾਂਦੀ ਹੈ, ਰੂਹਾਨੀਅਤ ਵੱਲ ਲੈ ਕੇ ਜਾਂਦੀ ਹੈ, ਖੈਰ ਵੱਲ ਲੈ ਕੇ ਜਾਂਦੀ ਹੈ, ਮੁਹੱਬਤ ਵੱਲ ਲੈ ਕੇ ਜਾਂਦੀ ਹੈ। ਅਤੇ ਇਸ ਲਈ ਇਹਦੇ ਨਾਲ ਆਪਣਾ ਇੱਕ ਜਿਹੜਾ ਰਿਸ਼ਤਾ ਹੈ ਨਾ, ਉਹ ਜੋੜ ਕੇ ਰੱਖੋ ਅਤੇ ਦੇਖਦੇ ਰਹੋ, ਸੁਣਦੇ ਰਹੋ ਪਿਲਾਕ ਲੋਕ ਸਟੂਡੀਓ। ਮਜਾਇਜ਼ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਐਡੀਆਂ ਸੋਹਣੀਆਂ ਗੱਲਾਂ ਕੀਤੀਆਂ। ਔਰ ਮੇਰੇ ਖਿਆਲ ਹੈ ਕਿ ਬਹੁਤ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਠੁਮਰੀ ਦੇ ਹਵਾਲੇ ਨਾਲ ਬਹੁਤ ਸਾਰੀਆਂ ਮਾਲੂਮਾਤ ਮਿਲੀਆਂ ਹੋਣਗੀਆਂ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਈ ਠੁਮਰੀਆਂ 'ਚ ਉਹਨਾਂ ਨੇ 12 ਦੇ 12 ਸੁਰ ਲਾਏ ਨੇ, ਔਰ ਕਿਹੜਾ ਕਿਹੜਾ ਰਾਗ ਹੈ ਔਰ ਕਿਸ ਤਰ੍ਹਾਂ ਕਿੱਥੇ ਇਨੋਵੇਸ਼ਨ ਕੀਤੀ ਹੈ ਉਹਨਾਂ ਨੂੰ, ਅਮੂਮਨ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੇ ਹੁੰਦੇ। ਅਤੇ ਇੱਕ ਮੇਰਾ ਖਿਆਲ ਹੈ ਕਿ ਇੱਕ ਸਿਲਸਿਲਾ ਵੀ ਹੈ, ਅਸੀਂ ਇਨਸ਼ਾਅੱਲਾ ਇੱਕ ਔਨਲਾਈਨ ਇਹੋ ਜਿਹਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਜਿੱਥੇ ਤੁਹਾਡੇ ਜੇ ਉਸਤਾਦ ਜਿਹੜੇ ਨੇ ਉਹ ਲੋਕਾਂ ਨੂੰ ਤਾਲੀਮ ਵੀ ਦੇ ਸਕਣ। ਖਾਕਾਨ ਸਾਹਿਬ ਬਹੁਤ ਸ਼ੁਕਰੀਆ, ਸਾਦੀਆ ਬਹੁਤ ਸ਼ੁਕਰੀਆ, ਹਬੀਬ ਅਲੀ ਸਾਹਿਬ ਬਹੁਤ ਸ਼ੁਕਰੀਆ। ਸਭ ਜਿਉਂਦੇ ਰਹੋ, ਸਲਾਮਤ ਰਹੋ, ਔਰ ਇਨਸ਼ਾਅੱਲਾ ਛੇਤੀ ਮੁਲਾਕਾਤ ਹੋਏਗੀ ਤੁਹਾਡੇ ਨਾਲ। ਰੱਬ ਰੱਖ।